ਬਾਈ ਗੁਰਜੀ ਦਾ ਖਾਲਸਾ ਤੇ ਬਾਈ ਗੁਰਜੀ ਦੀ ਫਤਿਹ ਪਿਛਲੇ ਦਿਨੀ ਇੱਕ ਖਬਰਾਂ ਦੇ ਵਿੱਚ ਲਗਾਤਾਰ ਖਬਰ ਲੱਗ ਰਹੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਐਸਜੀਪੀਸੀ ਦਾ ਜਿਹੜਾ ਅਨਮੋਲ ਖਜ਼ਾਨਾ ਸ਼੍ਰੀ ਹਰਮੰਦਰ ਸਾਹਿਬ ਦਾ ਜਿਹੜਾ ਅਨਮੋਲ ਖਜ਼ਾਨਾਵਾ ਕਿਤਾਬਾਂ ਉਹ ਕਿੱਥੇ ਨੇ ਉਦੇ ਵਾਸਤੇ ਅੱਜ ਖਾਸ ਚਰਚਾ ਕੀਤੀ ਗਈ ਐਸਜੀਪੀਸੀ ਦੀ ਇੱਕ ਮੀਟਿੰਗ ਬੁਲਾਈ ਗਈ ਆ ਜਿਹਦੇ ਵਿੱਚ ਸਾਬਕਾ ਤੇ ਜਿਹੜੇ ਮੌਜੂਦਾ ਸਾਰੇ ਮੀਟਿੰਗ ਇਕੱਠੇ ਕਰਕੇ ਉਹਨਾਂ ਦੀ ਮੀਟਿੰਗ ਕੀਤੀ ਗਈ ਤੇ ਗੱਲਬਾਤ ਕੀਤੀ ਗਈ ਆ ਕਿ ਆਖਿਰਕਾਰ ਅਨਮੋਲ ਖਜ਼ਾਨਾ ਕਿੱਥੇ ਆ ਸਾਡੇ ਨਾਲ ਜ਼ਿਆਦਾ ਗੱਲਬਾਤ ਕਰਨ ਵਾਸਤੇ ਗਿਆਨੀ ਜੁਗਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਕੀ ਮੀਟਿੰਗ ਦੇ ਵਿੱਚ ਅੱਜ ਵਿਸ਼ੇਸ਼ ਤੇ ਆ ਪਹਿਲੀ ਤਾਂ ਗੱਲ ਇਹ ਸਪੱਸ਼ਟ ਕੀਤੀ ਗਈ ਆ ਵੀ ਕੁਝ ਲੋਕ ਕਹਿੰਦੇ ਸੀ ਕਿ ਵੀ ਅੱਗ ਲੱਗ ਗਈ ਹੈ ਲਾਲ ਮੇਰੇ ਨੂੰ ਅਗ ਕੋਈ ਨਹੀਂ ਲੱਗੀ ਗਈ ਸਾਰਾ ਹੱਥ ਲਿਖਤ ਰੂਪ ਜਿਹੜਾ 500 ਤੋਂ ਵੱਧ ਸੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੱਥ ਲਿਖਤੀ ਦਸਤਾਵੇਜ਼ ਹਨ ਇਤਿਹਾਸਕ ਉਹ ਸਾਰੀ ਆਰਮੀ ਲੈ ਗਈ ਸੀ ਉਹਦੀ ਮੰਗ ਕਰਦੇ ਰਹੇ ਉਦੋਂ ਇਹ 84 ਵਿੱਚ ਕੱਲੂ ਕਾਰਾ ਹੋਇਆ 83 85 86 ਦੇ ਵਿੱਚ ਸਰਦਾਰ ਭਾਨ ਸਿੰਘ ਜੀ ਸਕੱਤਰ ਸਿੰਘ ਸਰਦਾਰ ਪ੍ਰਵੰਤ ਸਿੰਘ ਜੀ ਵੀ ਸ਼ਰੋਣੀ ਕਮੇਟੀ ਦੇ ਸਕੱਤਰ ਸਨ ਇਹ ਉਹਨਾਂ ਨੇ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਰਮੀ ਨੇ 200 ਤੋਂ ਵੱਧ ਸਰੂਪ ਤੇ ਕੁਝ ਦਸਤਾਵੇਜ਼ ਕੁਝ ਹੁਕਮਨਾਮੇ ਦੇਤੇ ਉਹਨਾਂ ਦੀਆਂ ਲਿਸ਼ਟਾਂ ਬਣੀਆਂ ਬਕਾਇਦਾ ਪਰ ਕੁਝ ਲੋਕ ਕਹਿੰਦੇ ਸੀ ਵੀ ਸ਼ਰੋਣੀ ਕਮੇਟੀ ਨੇ ਕੁਝ ਨਹੀਂ ਕੀਤਾ ਜਈ ਕੁਝ ਨਹੀਂ ਇਹਨੂੰ ਦਿੱਤਾ ਤੇ ਇਹਨਾਂ ਨੇ ਨਾ ਕੋਈ ਮੰਗ ਕੀਤੀ ਆ ਇਸ ਤਰ੍ਹਾਂ ਵੀ ਚਰਚਾ ਸ਼ਰੋਣੀ ਕਮੇਟੀ ਦੇ ਵਿਰੁੱਧ ਲੋਕ ਬੋਲ ਹੀ ਜਾ ਰਹੇ ਸੀ ਅਖਬਾਰਾਂ 'ਚ ਵੀ ਆਉਂਦਾ ਪਰ ਹੁਣ ਜਿਹੜੀ ਕੱਲ 2-4 ਦਿਨਾਂ ਤੋਂ ਇਹ ਚਰਚਾ ਹੋ ਰਹੀ ਸੀ ਵਿੱਚ ਇੱਕ ਹੱਤ ਲਿਖਤੀ ਸਰੂਪ ਜਿਹਦੇ ਤੇ ਦਸ਼ਮੇਸ਼ ਪਿਤਾ ਜੀ ਦੇ ਦਸਤਖਤ ਹਨ ਉਹ ਕਿਸੇ ਅਧਿਕਾਰੀ ਨੇ ਦਿੱਤਾ ਜਿਹੜਾ ਕਿ 4000 ਡਾਲਰ ਦੇ ਵਿੱਚੋਂ ਕੋਈ ਬੰਦਾ ਬਾਹਰ ਲੈ ਗਿਆ ਇਹ ਵੀ ਗੱਲ ਅੱਜ ਇਸ ਗੱਲ ਦੀ ਇਹ ਚਰਚਾ ਹੋਈ ਵੀ ਇੰਨਾ ਸਾਡੇ ਕੋਲ ਜਿਹੜਾ ਹੱਦਲਕ ਰੂਪ ਸਾਡੇ ਕੋਲ ਆਏ ਬਾਕੀ ਸਾਡਾ ਇੰਨਾ ਰਹਿੰਦਾ ਵਾ ਜਿਹੜਾ ਕਿ 300 ਤੋਂ ਵੱਧ ਸਰੂਪ ਸਾਡੇ ਇੰਨੇ ਦਸਤਾਵੇਜ਼ ਜਿਹੜੇ ਇਤਿਹਾਸਕ ਤੱਤ ਉਹ ਵੀ ਸਾਡੇ ਅਜੇ ਰਹਿੰਦੇ ਨੇ ਅਸੀਂ ਲੈਂਦੀ ਮੰ ਕਰ ਰਹੇ ਆ ਜਿਹੜਾ ਦਸ਼ਮੇਸ਼ ਪਿਸਵਾਜੀ ਦੇ ਦਸਕਤਵਾਂ ਵਾਲੀ ਗੱਲ ਵੀ ਸਰੂਪ ਕੋਈ ਲੈ ਗਿਆ ਉਹ ਕਹਿੰਦੇ ਉਹਦੇ ਕੋਖ ਪੂਰਤਾਲ ਕਮੇਟੀ ਬਣਾਈ ਜਾਏਗੀ ਇਹ ਭਾਵਕੋਗੇ ਕੁਝ ਲੋਕੇ ਗੱਲ ਕਹਿ ਰਹੇ ਨੇ ਕੋਈ ਇੱਕ ਗੱਲ ਨਹੀਂ ਨਾ ਕੋਈ ਸਰੂਪ ਗਿਆ ਨਾ ਕਿਸੇ ਨੇ ਲਿਆ ਨਾ ਕਿਸੇ ਨੇ ਦਿੱਤਾ ਵੀ ਜੇ ਇਹ ਗੱਲ ਸੱਤ ਲੋਕਾਂ ਦੇ ਸਾਹਮਣੇ ਲਿਆਵਾਂਗੇ ਪਰ ਜੇ ਭਾਵਕ ਲੋਕ ਕਹਿਣ ਵਾਲੇ ਝੂਠੇ ਸ਼ਬਦ ਹੋ ਗਏ ਅਸੀਂ ਉਹਨਾਂ ਤੇ ਸ਼ਰਮਨੀ ਗੁਰਦਾਰ ਕਮੇਟੀ ਮਨਹਾਨੀ ਦਾ ਦਾਅਵਾ ਕਰੇਗੀ ਉਹਨਾਂ ਤੇ ਯਾਨੀ ਜੀ ਗੱਲ ਇਸ ਤਰ੍ਹਾਂ ਵਾ ਕਿ ਲਗਾਤਾਰ ਪਹਿਲਾਂ ਜਿਹੜੀ 35 ਸਾਲ ਹੋ ਚੁੱਕੇ ਇਸ ਗੱਲ ਨੂੰ ਉਦੋਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਅਖਬਾਰਾਂ ਨੇ ਕੁਝ ਗੱਲ ਚੁੱਕੀ ਤੇ ਉਸ ਤੋਂ ਬਾਅਦ ਇਹ ਸਾਰੀ ਗੱਲ ਨੇ ਰੰਗ ਫੜਿਆ ਵਾ ਪਹਿਲਾਂ ਕੋਈ ਗੱਲ ਕਿਉਂ ਨਹੀਂ ਸਾਹਮਣੇ ਲਿਆਂਦੀ ਕਿਸੇ ਜਿਹੜੀ ਹੁੰਦੀ ਐ ਨਾ ਸਰਕਾਰਾਂ ਤੋਂ ਮੰਗ ਐ ਹੱਥ ਲਿਖਤ ਚਿੱਠੀਆਂ ਉਹਨਾਂ ਨੇ ਦਿਖਾਈਆਂ ਵੀ ਕਾਫੀ ਚਿਰ ਮੰਗ ਕਰਦੇ ਆ ਰਹੇ ਨਹੀਂ ਇਹ ਨਹੀਂ ਗੱਲ ਵੀ ਮੰਗਿਆ ਨਹੀਂ ਕਿਸੇ ਨੇ ਇਹ ਤੁਹਾਨੂੰ ਪਤਾ ਵੀ ਜਿਹੜੇ ਸਰਕਾਰੀਆਂ ਦੇ ਸਰਕਾਰ ਦੇ ਕੰਮ ਹੁੰਦੇ ਨੇ ਇਤੋਂ ਚਿੱਠੀ ਉਧਰ ਗਈ ਚਿੱਠੀ ਉਧਰ ਗਈ ਉਹ ਕਰਦੇ ਕਰਾਦੇ ਇੰਨੇ ਸਾਲ ਲੰਘੇ ਠੀਕ ਐ ਗੱਲ ਤੁਹਾਡੀ ਵੀ 35 ਸਾਲ ਹੋ ਗਏ ਅਸੀਂ ਆਪਣੇ ਧਾਰਮਿਕ ਜਿਹੜੇ ਦਸਤਾਵੇਜ਼ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਵੀ ਗਵਰਨਮੈਂਟ ਨੇ ਸਾਨੂੰ ਨਹੀਂ ਦਿੱਤੇ ਪਰ ਇਹ ਵੀ ਦੁਖਦਾਈ ਗੱਲ ਐ ਵੀ ਇੱਕ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਜਿਹਨੂੰ ਦੁਨੀਆ ਸਭ ਨੇ ਚੁੱਕਦੀ ਐ ਮਸਤਕ ਤੇ ਉਹਦੀ ਪਾਵਨ ਧੂੜ ਮਸਤਕ ਤੇ ਲਾਉਣ ਲਈ ਤਰਸਦੇ ਨੇ ਲੋਕ ਉੱਥੇ ਤੇ ਹਮਲਾ ਕੀਤਾ ਗਿਆ ਸਾਡੀ ਸਰਕਾਰ ਨੇ ਇਹ ਵੀ ਮਾੜੀ ਗੱਲ ਕਰਨਾ ਹੋਏਗਾ ਬਹੁਤ ਨੁਕਸਾਨ ਹੋਇਆ ਸਭ ਤੋਂ ਵੱਡਾ ਫਿਰ ਨੁਕਸਾਨ ਹੋਇਆ ਵੀ ਉਹ ਸਾਡੇ ਸਰੂਪ ਇਥੋਂ ਲੈ ਗਏ ਨੇ ਤੇ ਇੰਨਾ ਚਿਰ ਹੋ ਗਿਆ ਮੰਕਰਦਿਆਂ ਨੂੰ ਉਹਨਾਂ ਨੂੰ ਸਾਨੂੰ ਵਾਪਸ ਨਹੀਂ ਦਿੱਤੇ ਕੁਝ ਹੋਰ ਫਿਰ ਚਾਚਾ ਸ਼ੁਰੂ ਹੋ ਗਈਆਂ ਨੇ ਅੱਜ ਬੋਡੀ ਸਾਰਥਕ ਗੱਲ ਉੱਥੇ ਹੋਈ ਆ ਉਹਦੇ ਵਿੱਚ ਕਿਹਾ ਵੀ ਇੱਕ ਉਹ ਪੜਤਾਲੀਆ ਕਮੇਟੀ ਬਣਾਈ ਜਾਏਗੀ ਜਿਹੜੇ ਰਹਿੰਦੇ ਸਰੂਪ ਉਹਨਾਂ ਦੀ ਮੰਗ ਕੀਤੀ ਜਾਏਗੀ ਤੇ ਜੇ ਦੋ ਸ਼ਬਦ ਹੋ ਗਿਆ ਜਿਹੜੇ ਲੈਣ ਵਾਲੇ ਦੀ ਉਹਦੇ ਤੇ ਪੂਰਾ ਐਕਸ਼ਨ ਲਵਾਂਗੇ ਪਰ ਜੇ ਕਹਿਣ ਵਾਲੇ ਭਾਵ ਗੱਲ ਕਰਦੇ ਸੀ ਉਹਨਾਂ ਤੇ ਵੀ ਐਕਸ਼ਨ ਕਰਾਂ ਕਿਹਾ ਜਾ ਰਿਹਾ ਵਾ ਕਿ ਸੱਤ ਕਿਸ਼ਤਾਂ ਦੇ ਵਿੱਚ ਵਾਪਸ ਦੇ ਦਿੱਤੀਆਂ ਕਿ ਜਿਹੜੀਆਂ ਅਨਮੋਲ ਅਨਮੋਲ ਜਿਹੜੀਆਂ ਕਿਤਾਬਾਂ ਸਨ ਜਾਂ ਜੋ ਵੀ ਹੈਗਾ ਵਾ ਸੱਤ ਕਿਸ਼ਤਾਂ ਵਿੱਚ ਦੇ ਦਿੱਤੀ ਕਿ ਐਸੇ ਅਸ਼ੇ ਕਿਸ਼ਤਾਂ ਜਿਹੜੀਆਂ ਗਿਆ ਉਹਨਾਂ ਨੇ ਪੇਪਰ ਤਾਂ ਦੇ ਵੀ ਦਿੱਤੇ ਆ ਵਾ ਕਿ ਇਹਦੇ ਉੱਤੇ ਸਿਗਨੇਚਰ ਹੋਏ ਹੋਏ ਆ ਜਿਨ੍ਹਾਂ ਨੂੰ ਆਪਾਂ ਦਿੱਤਾ ਵਾ ਸਿਗਨੇਚਰ ਕਰ ਦਿੱਤੇ ਉਸ ਤੋਂ ਬਾਅਦ ਆਪਾਂ ਦੇ ਕੇ ਆਏ ਆ ਤੇ ਇੱਕ ਕਿਸ਼ਤ ਜਿਹੜੀ ਉਹਦਾ ਨਹੀਂ ਪਤਾ ਲੱਗਦਾ ਪਿਆ ਪਰ 6 ਕਿਸ਼ਤਾਂ ਜਿਹੜੀਆਂ ਸੀ ਉਹ ਤੁਹਾਡੀ ਮੌਜੂਦਗੀ ਵਿੱਚ ਪਹੁੰਚੀਆਂ ਉਹ ਪਹੁੰਚੇ ਨੇ ਉਹਨਾਂ ਦੀ ਸਾਡੇ ਕੋਲੇ ਦਸਤਾਵੇਜ਼ ਆਪਣੇ ਕੋਲੇ ਉਹਨਾਂ ਦਾ ਇਹ ਨਹੀਂ ਹੈ ਕਿ ਗਲਤ ਗੱਲ ਨਹੀਂ ਉਹਨਾਂ ਨੇ ਬਿਆਨ ਕੀਤੀ ਉਹ ਹੱਥ ਲਿਖਤੀ ਆਪਣੇ ਕੋਲੇ ਸਾਰਾ ਉਹ ਠੀਕ ਨਹੀਂ ਸੱਚ ਕਹਿ ਰਹੇ ਉਹ ਗਲਤ ਨਹੀਂ ਗੱਲ ਤੇ 6 ਕਿਸ਼ਤਾਂ ਪਹੁੰਚੀਆਂ ਕਿ 7 ਕਿਸ਼ਤਾਂ ਪਹੁੰਚੀਆਂ ਇਹ ਤਾਂ ਹੁਣ ਇਹ ਪੂਰਾ ਨਹੀਂ ਮੈਨੂੰ ਇਸ ਗੱਲ ਦਾ ਬੇਰਵਾ ਪਰ ਉਹਨਾਂ ਨੇ ਦਿੱਤੇ ਨੇ ਬਾਰ-ਬਾਰ ਕੁਝ ਚੀਜ਼ਾਂ ਹੁੰਦੀਆਂ ਰਹੀਆਂ ਨੇ ਹੁਣ ਜਿਹੜੇ ਸਾਡੇ ਜਣੀ ਰਹਿੰਦਾ ਸਮਾਨ ਸਾਡਾ ਉਹ ਸਾਡਾ ਘੱਟੋ-ਘੱਟ 300 ਹੱਥ ਲਿਖਤ ਰੂਪ ਸਾਡਾ ਤੇ ਕੁਝ ਹਜ਼ਾਰਾਂ ਦੀ ਗਿਣਤੀ ਸਾਡੇ ਦਸਤਾਵੇਜ਼ ਵੀ ਕਿਹਾ ਜਾ ਰਿਹਾ ਕਿ ਅੱਗ ਲੱਗੀ ਸੀ ਇਹ ਵੀ ਚਰਚਾ ਲਗਾਤਾਰ ਹੁੰਦੀ ਫਿਰ ਸੀ ਅੱਗ ਲੱਗੀ ਸੀ ਜਿਹੜੀ ਅੱਗ ਲੱਗਣ ਵਾਲੀ ਗੱਲ ਆ ਉਹ ਤਾਂ ਸਾਨੂੰ ਮੈਂ ਇਥੋਂ 7 ਤਰੀਕ ਨੂੰ ਅਸੀਂ ਗ੍ਰਿਫਤਾਰ ਹੋਏ ਤੇ 18 ਤਰੀਕ ਨੂੰ ਸਾਨੂੰ ਉਤੋਂ ਰਿਹਾ ਕਰ ਦਿੱਤਾ 19 ਤਰੀਕ ਨੂੰ ਮੈਂ ਆ ਕੇ ਸਾਰੀ ਲਾਇਬ੍ਰੇਰੀ ਵੇਖੀ ਉਹਦੇ ਵਿੱਚ ਕੋਈ ਚੀਜ਼ ਨਹੀਂ ਸੀ ਸਾਰੀਆਂ ਲਵਰ ਗਿਆ ਉਤੋਂ ਜੋ ਸਮਾਨ ਸੀ ਲੈ ਗਏ ਅੱਗ ਲੱਗੀ ਹੋਈ ਦੇ ਨਿਸ਼ਾਨ ਰਹਿ ਜਾਂਦੇ ਆ ਜੋ ਮਰਜ਼ੀ ਕਰੀ ਜਾਵੇ ਪਰ ਉਹ ਮੈਂ ਦੇਖਿਆ ਕੋਈ ਅੱਗ ਨਹੀਂ ਲੱਗੀ ਆਨਗਵਾਨ ਜਿਹੜੇ ਲੋਕ ਵੱਸਦੇ ਸੀ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਤੱਕ ਨਰਨਾ ਪਰ ਇਹ ਗੱਲ ਇੱਥੇ ਅੱਗ ਲੱਗੀ ਉਹ ਕਹਿੰਦੇ ਕੋਈ ਅੱਗ ਨਹੀਂ ਲੱਗੀ 15 16 ਟਰੱਕ ਇੱਥੇ ਗੱਡੀਆਂ 'ਚ ਪਾ ਕੇ 100 ਤੋਂ ਵੱਧ ਲੋਹੇ ਦੇ ਟਰੰਕਾਂ ਵਿੱਚ ਪਾ ਕੇ ਸਮਾਨ ਆਰਮੀ ਇੱਥੋਂ ਲੈ ਗਈ ਸਿੰਘ ਸਾਹਿਬ ਐਸੇ ਕਿੰਨੀਆਂ ਕਿਤਾਬਾਂ ਟੋਟਲ ਕਿਤਾਬਾਂ ਕਿੰਨੀਆਂ ਸੀ ਹਜ਼ਾਰਾਂ ਦੀ ਗਿਣਤੀ ਸੀ ਹਜ਼ਾਰਾਂ ਦੀ ਗਿਣਤੀ ਤੋਂ ਵੀ ਵੱਧ ਜਿਹੜੇ ਸੀ ਪੁਸਤਕ ਤੇ 500 ਤੋਂ ਵੱਧ ਹੱਥ ਲਿਖਤ ਰੂਪ ਸਾਡੇ ਸੀ ਤੇ ਸਭ ਤੋਂ ਅਨਮੋਲ ਉਹਦੇ ਵਿੱਚ ਕੀ ਸੀ ਜਿਹਦੇ ਕਰਕੇ ਸੰਗਤ ਜੜੀ ਆ ਨਾਲ ਜੁੜੀ ਆ ਉਹਦੇ ਦੀ ਹੱਥ ਲਿਖਤ ਪੁਰਾਣੇ ਗੁਰੂ ਕਾਲ ਦੇ ਜਣੀ 18ਵੀਂ ਸਦੀ ਦੇ ਜਿਹੜੇ ਲਿਖੇ ਹੱਥ ਲਿਖਤ ਸਰੂ ਮਹਾਰਾਜ ਜੀ ਦੇ ਬੜੇ ਮਹੱਤਵਪੂਰਨ ਉਹ ਦਸਮ ਗ੍ਰੰਥ ਵੀ ਹੋਰ ਵੀ ਸਾਡਾ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੇ ਇਤਿਹਾਸ ਹੀ ਸਾਡਾ ਉਹ ਵੀ ਹੱਥ ਲਿਖਤ ਦਸਤਾਵੇਜ਼ ਉਹਦੇ ਵਿੱਚ ਸੀ ਜਿਹੜਾ ਕਿ ਬਹੁਤ ਅਮੋਲਕ ਖਜਾਨਾ ਸੀ ਫੋਰ ਵੀ ਹਿੰਦੁਸਤਾਨ ਦੀ ਕਿਸੇ ਵੀ ਲਾਇਬ੍ਰੇਰੀ ਦੇ ਵਿੱਚ ਉਹਦੇ ਨਾਲ ਦੇ ਪੁਸਤਕ ਨਹੀਂ ਸੰਜੜੇ ਸਾਡੇ ਕੋਲ ਸੀ ਵੇਚਣ ਦਾ ਜਿਹੜਾ ਮਸਲਾ ਸਾਹਮਣੇ ਆ ਰਿਹਾ ਵਾ ਉਹਦੀ ਸੱਚਾਈ ਕਦੋਂ ਸਾਹਮਣੇ ਆਏਗੀ ਸੰਗਤ ਦੇ ਸਾਹਮਣੇ ਜਿਹੜਾ ਕਿ ਆ ਸੀ ਕਿ ਵੇਚ ਦੇ ਤੇ ਸਰੂਪ ਨੇ ਕੀ ਕੀਤੀ ਗੱਲ ਉਹਨੇ ਉਹਨੇ ਕਿਹਾ ਵੀ ਥੋੜੇ ਦਿਨਾਂ ਵਿੱਚ ਇੱਕ ਪ੍ਰਤਾਲੀਆ ਕਮੇਟੀ ਬਣਾ ਕੇ ਜਦ ਨਰਨਾ ਸੰਗਤ ਦੇ ਸਾਹਮਣੇ ਜਾਵਾਂ ਬਾਹਰ ਜਾਣਾ ਪਿਆ ਤੇ ਬਾਹਰ ਵੀ ਜਾਇਆ ਜਾਏਗਾ ਸਾਨੂੰ ਬਾਹਰ ਜਾਣਾ ਬਾਹਰ ਵੀ ਜਾਵਾਂਗੇ ਇਹ ਵੀ ਗੱਲ ਆ ਜਬੜੀ ਜਿਹੜੀ ਸਪਸ਼ਟ ਸਰਦਾਰ ਰੂਪ ਸਿੰਘ ਜੀ ਨੇ ਗੱਲ ਕਹੀ ਹੈ ਇੱਥੇ ਪ੍ਰਸਤਾਵ ਕਰਾਂਗੇ ਸਾਨੂੰ ਅਮਰੀਕਾ ਜਾਣਾ ਪਿਆ ਸਾਨੂੰ ਇੰਗਲੈਂਡ ਜਾਣਾ ਪਿਆ ਤੇ ਉਹ ਅਸੀਂ ਯਾਰ ਸਤ ਸੰਗਤਾਂ ਦੇ ਸਾਹਮਣੇ ਲੈ ਕੇ ਪਰਟ ਰਾਂਗੇ ਜਿਹੜਾ ਦੋਸ਼ੀ ਸਾਬਤ ਹੋ ਗਿਆ ਅਸੀਂ ਉਹਨੂੰ ਕਦੇ ਵੀ ਸਮਝੋ ਵੀ ਉਹਦੇ ਦਾ ਪੂਰਾ ਸਿੰਖ ਸਾਹਿਬ ਤੁਹਾਡਾ ਸਹਿਯੋਗ ਪੂਰਾ ਉਹਨਾਂ ਦੇ ਨਾਲ ਰਹੇਗਾ ਪੂਰਾ ਨਾਲ ਚੱਲੋਗੇ ਰਹੇਗਾ ਪੂਰਾ ਕਰਾਂਗੇ ਮੇਰੇ ਤੇ ਵੀ ਉਹ ਲਾਉਂਦੇ ਨੇ ਵੀ ਇਹ ਨੇ ਇਹ ਲੈ ਕੇ ਗਿਆ ਸਰਦਾਰ ਨਰਗ ਸਿੰਘ ਲੁਧਿਆਣੇ ਪ੍ਰੋਫੈਸਰ ਉਹਨੇ ਮੇਰੇ ਬਾਰੇ ਇਹ ਗੱਲ ਕਹੀ ਆ ਵੀ ਇਸ ਰੂਪ ਉਹ ਲੈ ਕੇ ਗਿਆ ਮੈਂ ਕਿ ਜੇ ਸਭ ਤੋਂ ਜ਼ਿਆਦਾ ਦੇਣਦਾਰ ਕਈ ਕੰਦਾ ਭਾਫ ਖੋ ਕੇ ਗੱਲਾਂ ਹੋ ਜਾਂਦੀਆਂ ਉਹ ਉਹ ਵੀ ਗੱਲ ਕਹਿ ਰਹੇ ਜਿਨ੍ਹਾਂ ਨੇ ਝੂਠੀਆਂ ਗੱਲਾਂ ਚੁਕੀਆਂ ਉਹਨਾਂ ਉੱਤੇ ਕਾਰਵਾਈ ਕੀਤੀ ਜਾਏਗੀ ਜੇ ਕਰਵਾਈ ਕਰਾਂਗੇ ਉਹਦੇ ਤੇ ਪੂਰੀ ਕਾਰਵਾਈ ਹੋਏਗੀ ਹੁਣਾਂ ਵੀ ਚਾਹੀਦਾ ਸੱਚ ਜਿਹੜਾ ਪਰਖਣਾ ਚਾਹੀਦਾ ਸੱਚ ਸਾਥ ਹੀ ਹੈ ਝੂਠ ਝੂਠ ਕਿਉਂਕਿ ਸੰਗਤ ਨੂੰ ਬਹੁਤ ਇੱਕ ਦਿਲ ਦੇ ਨਾਲ ਗਾ ਜੁੜੀ ਗੱਲ ਵਾ ਸੰਗਤ ਦੀ ਭਾਵਨਾਵਾਂ ਦੇ ਨਾਲ ਜੁੜੀ ਹੈ ਸੰਗਤ ਕਹਿੰਦੀ ਵੀ ਕਿ ਜਲਦੀ ਜਲਦੀ ਰਿਜ਼ਲਟ ਸਾਹਮਣੇ ਆਵੇ ਛੇਤੀ ਆਏਗਾ ਉਹ ਉਹਨਾਂ ਨੇ ਕਹਿੰਦਾ ਵੀ ਛੇਤੀ ਆਸਦਾ ਸੀ ਫੈਸਲਾ ਕਰਾਂ ਸੋ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਉਸ ਵੇਲੇ ਦੇ ਜਥੇਦਾਰ ਸਾਡੇ ਨਾਲ ਮੌਜੂਦ ਨੇ ਜੋਗਿੰਦਰ ਸਿੰਘ ਜੀ ਉਹਨਾਂ ਦਾ ਕਹਿਣਾ ਵਾ ਕਿ ਜਲਦ ਤੋਂ ਜਲਦ ਇਹ ਸਾਰਾ ਜਿਹੜਾ ਪਰਦਾ ਚੱਕ ਦਿੱਤਾ ਜਾਏਗਾ ਤੇ ਜਿਹੜਾ ਸੱਚ ਵਾ ਉਹ ਸੰਗਤ ਦੇ ਸਾਹਮਣੇ ਲਿਆਂਦਾ ਜਾਏਗਾ ਕੈਮਰਾਮੈਨ ਦੀਪਕ ਦੇ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਆਇਲਸ ਇੱਕ ਮੋਡਿਊਲ ਸਾਢੇ ਪੰਜ ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾਰਿਆ ਆਪਣੇ ਸ਼ਹਿਰ 'ਚ ਹੋ ਰੇ ਸੈਮੀਨਾਰ ਦਾ ਹਿੱਸਾ ਬਣੋ ਹੁਣੇ ਕਾਲ ਕਰੋ ISS ਕੈਨੇਡਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ